ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਦਿਨ 30 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 30 ਤੋਂ ਲੈ ਕੇ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੰਜਾਬ ਦੇ ਵਿੱਚ ਹਵਾ ਚੱਲ ਸਕਦੀ ਹੈ, ਪਰ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅਚਾਨਕ ਹੋਈ ਗਰਮੀ ਪੰਜਾਬ, ਦਿੱਲੀ ਅਤੇ ਹਰਿਆਣੇ ਦੇ ਲੋਕਾਂ ਨੂੰ ਪਰੇਸ਼ਾਨ ਵੀ ਕਰ ਰਹੀ ਹੈ, ਪਰ ਜਿਵੇਂ ਕਿ ਮੈਂ ਅਕਸਰ ਇਹ ਗੱਲ ਕਹਿਣਾ ਕਿ ਇੰਨੀ ਗਰਮੀ ਦੇ ਵਿੱਚ ਜਦੋਂ ਅਸੀਂ ਘਰਾਂ ਦੇ ਵਿੱਚ ਪੱਖੇ ਚਲਾ ਕੇ ਬਹਿੰਦੇ ਹਾਂ, ਹਾਲਾਂਕਿ ਗਰਮੀ ਆਉਣੀ ਆ, ਹਾਲੇ ਤਾਂ ਗਰਮੀ ਦੀ ਸ਼ੁਰੂਆਤ ਆ, ਅਪ੍ਰੈਲ ਮਈ ਜੂਨ ਮਹੀਨੇ ਦੇ ਵਿੱਚ ਗਰਮੀ ਵੱਟ ਕੱਢਦੀ ਹੁੰਦੀ ਆ, ਖਾਸ ਕਰਕੇ ਮਈ ਜੂਨ ਦੇ ਵਿੱਚ, ਉਦੋਂ ਕੀ ਬਣੂਗਾ ਉਹਨਾਂ ਕਿਸਾਨਾਂ ਦਾ ਜਿਹੜੇ ਕਿ ਇਸ ਵਕਤ ਬਾਰਡਰਾਂ ਦੇ ਉੱਤੇ ਬੈਠੇ ਆ। ਸਿਆਲਾਂ ਦੇ ਵਿੱਚ ਟਰਾਲੀ 'ਚ ਸੁੱਤਾ ਜਾ ਸਕਦਾ, ਪਰ ਗਰਮੀ ਦੇ ਵਿੱਚ ਬਿਲਕੁਲ ਨਹੀਂ। ਇਸ ਕਰਕੇ ਆਰਜ਼ੀ ਤੌਰ ਦੇ ਉੱਤੇ ਹੱਟ, ਯਾਨੀ ਕਿ ਝੌਂਪੜੀਆਂ ਬਣਾਈਆਂ ਗਈਆਂ ਉੱਥੇ, ਹੋਰ ਬੜੇ ਪ੍ਰਬੰਧ ਕੀਤੇ ਗਏ, ਪਰ ਗਰਮੀ ਦਾ ਟਾਕਰਾ ਕਰਨਾ ਕੋਈ ਸੌਖੀ ਗੱਲ ਨਹੀਂ। ਜਦੋਂ ਭਾਰਤ ਦੇ ਵਿੱਚ 47-48 ਡਿਗਰੀ ਮਈ ਜੂਨ ਦੇ ਵਿੱਚ ਪਾਰਾ ਹੁੰਦਾ, ਅਤੇ ਉਸ ਵਕਤ ਆਪਾਂ ਜਾਣਦੇ ਵੀ ਏਸੀ ਦੇ ਵਿੱਚ ਵੀ ਗਰਮੀ ਮਹਿਸੂਸ ਕਰਦੇ ਹਾਂ, ਧੰਨ ਜਿਗਰੇ ਉਹਨਾਂ ਕਿਸਾਨਾਂ ਦੇ ਜਿਹੜੇ ਕਿ ਉੱਥੇ ਬੈਠੇ ਆ, ਸਲਾਮ ਉਹਨਾਂ ਨੂੰ ਕਰਨੀ ਬਣਦੀ ਹੈ। ਹੁਣ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਮਲੋਟ ਦੇ ਵਿੱਚ ਬੀਜੇਪੀ ਦੇ ਵਿਧਾਇਕ ਅਰੁਣ ਨਰੰਗ ਦੀ ਕੁੱਟਮਾਰ ਕੀਤੀ ਗਈ ਹੈ, ਬਹੁਤ ਸਾਰੇ ਲੋਕਾਂ ਨੇ ਇਹਦੇ ਮੁਤਲਕ ਬਹੁਤ ਕਿਸਮ ਦੇ ਵਿਚਾਰ ਆ। ਕਈ ਲੋਕਾਂ ਦਾ ਇਹ ਕਹਿਣਾ, ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ ਇੱਥੇ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਸੀ। ਕਿਸੇ ਵੀ ਵਿਧਾਇਕ ਦੇ ਨਾਲ ਅਸੀਂ ਸਵਾਲ ਜਵਾਬ ਕਰਕੇ ਉਹਨੂੰ ਨਿਰ ਉੱਤਰ ਕਰ ਸਕਦੇ ਹਾਂ ਆਪਣੇ ਤਰਕ ਦੇ ਨਾਲ, ਪਰ ਅਸੀਂ ਕਿਸੇ ਦਾ ਲੀੜੇ ਪਾੜ ਦਈਏ, ਅਸੀਂ ਕਿਸੇ ਦੇ ਡਾਂਗ ਫੇਰੀਏ, ਅਸੀਂ ਕਿਸੇ ਨੂੰ ਦੌੜਾਈਏ, ਕਿਸੇ ਨੂੰ ਕੁੱਟੀਏ, ਇਹ ਗੱਲ ਚੰਗੀ ਨਹੀਂ, ਇਹ ਗੱਲ ਲੋਕਤੰਤਰਕ ਦੇਸ਼ ਦੇ ਵਿੱਚ ਠੀਕ ਨਹੀਂ। ਪਰ ਇਹਦਾ ਦੂਜਾ ਪੱਖ ਆ ਜਿਹੜਾ ਲੋਕਾਂ ਦੇ ਵੱਲੋਂ ਬਿਆਨ ਕੀਤਾ ਜਾ ਰਿਹਾ। ਲੋਕਾਂ ਦੇ ਇੱਕ ਹਿੱਸੇ ਦਾ ਇਹ ਕਹਿਣਾ ਕਿ ਬੀਜੇਪੀ ਦੇ ਪੰਜਾਬ ਦੇ ਕਈ ਨੇਤਾਵਾਂ ਦੇ ਵੱਲੋਂ ਕਿਸਾਨਾਂ ਨੂੰ ਚੜਾਇਆ ਹੀ ਇਸ ਕਦਰ ਗਿਆ, ਉਹ ਹਰ ਰੋਜ਼ ਕੋਈ ਨਾ ਕੋਈ ਗਲਤ ਸ਼ਬਦਾਵਲੀ ਮੂੰਹ ਦੇ ਵਿੱਚੋਂ ਕੱਢਦੇ ਆ, ਉਹ ਹਰ ਰੋਜ਼ ਕੋਈ ਨਾ ਕੋਈ ਕਿਸਾਨਾਂ ਦੇ ਖਿਲਾਫ ਬਿਆਨ ਦਿੰਦੇ ਆ। ਇਹਦੇ ਕਰਕੇ ਪੰਜਾਬ ਦੇ ਕਿਸਾਨ ਆ ਜਿਹੜੇ, ਹਰਿਆਣੇ ਦੇ ਕਿਸਾਨ ਆ ਜਿਹੜੇ, ਉਹ ਤਪੇ ਹੋਏ ਆ, ਅਤੇ ਤਪੇ ਹੋਏ ਕਿਸਾਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਇਸ ਵਕਤ ਮਲੋਟ ਨੂੰ ਛਾਉਣੀ ਬਣਾਇਆ ਹੋਇਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਲੰਘੇ ਕੱਲ੍ਹ 2 ਵਜੇ ਤੱਕ ਮਲੋਟ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦੇ ਲਈ ਬੀਜੇਪੀ ਦੇ ਵੱਲੋਂ ਕਿਹਾ ਗਿਆ, ਪਰ ਉੱਥੇ 80% ਦੁਕਾਨਾਂ ਬੰਦ ਹੋਈਆਂ, 20% ਦੁਕਾਨਾਂ ਬੰਦ ਨਹੀਂ ਕੀਤੀਆਂ। ਕੁਝ ਦੁਕਾਨਦਾਰਾਂ ਦਾ ਇਹ ਕਹਿਣਾ ਜੀ ਕਿ ਅਸੀਂ ਕਿਸਾਨਾਂ ਦੇ ਕਹੇ ਦੇ ਉੱਤੇ ਭਾਵੇਂ ਮਹੀਨਾ ਦੁਕਾਨਾਂ ਬੰਦ ਰੱਖ ਲਈਏ, ਪਰ ਕਿਉਂਕਿ ਬੀਜੇਪੀ ਦੀਆਂ ਨੀਤੀਆਂ ਦੇ ਕਰਕੇ ਸਾਡੇ ਕਾਰੋਬਾਰ ਨੂੰ, ਸਾਡੀ ਰੋਜ਼ੀ ਰੋਟੀ ਨੂੰ ਵੀ ਬਹੁਤ ਵੱਡੀ ਸੱਟ ਵੱਜੀ ਹੈ, ਇਸ ਕਰਕੇ ਅਸੀਂ ਤਾਂ ਬੰਦ ਨਹੀਂ ਕਰਦੇ ਗਏ। ਪਰ ਰਾਜਪਾਲ ਦੇ ਕੋਲ ਵੀ ਪਹੁੰਚੇ ਬੀਜੇਪੀ ਦੇ ਆਗੂ, ਬੀਜੇਪੀ ਦੇ ਆਗੂਆਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕੈਪਟਨ ਸਰਕਾਰ ਦੇ ਵੱਲੋਂ ਜਾਣ ਬੁੱਝ ਕੇ ਸਾਰਾ ਕੁਝ ਕਰਵਾਇਆ ਜਾ ਰਿਹਾ। ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਗੱਲ ਕਹੀ ਆ ਕਿ ਇਹ ਹਿੰਦੂ ਅਤੇ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਮੂਹਰੇ ਜਿਸ ਤਰੀਕੇ ਦੇ ਨਾਲ ਨੰਗੇ ਧੜ ਬੀਜੇਪੀ ਦੇ ਕੁਝ ਆਗੂਆਂ ਨੇ ਪ੍ਰਦਰਸ਼ਨ ਕੀਤਾ, ਇਹਦੇ ਉੱਤੇ ਵੀ ਕਈ ਕਿਸਮ ਦੇ ਸਵਾਲ ਉੱਠਦੇ ਆ। ਹੁਣ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ, ਪਰ ਪੁਲਿਸ ਦੇ ਵੱਲੋਂ ਲਗਭਗ 300 ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਅਣਪਛਾਤਿਆਂ ਦੇ ਉੱਤੇ, ਕਈ ਲੋਕਾਂ ਦੇ ਉੱਤੇ 22 ਨੇਮ ਪਰਚਾ ਦਰਜ ਕੀਤਾ ਗਿਆ। ਇਹਦੇ ਮੁਤਲਕ ਵੀ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਵਿੜ ਦਿੱਤਾ ਗਿਆ। ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੁਲਿਸ ਜਾਣਬੁੱਝ ਕੇ ਠਿੱਠ ਕਰ ਰਹੀ ਹੈ, ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਮਲੋਟ ਕਾਂਡ ਦੇ ਵਿੱਚ ਕਿਸਾਨਾਂ ਉੱਤੇ ਦਰਜ ਹੋਏ ਪਰਚੇ ਰੱਦ ਕਰਵਾਉਣ ਦੇ ਸੰਬੰਧ ਦੇ ਵਿੱਚ ਪਿੰਡ ਫੱਕਰਸਰ ਥੇੜੀ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ। ਇਸ ਸੰਬੰਧੀ ਕਿਹਾ ਗਿਆ ਕਿ ਜਿਨ੍ਹਾਂ ਆਗੂਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਨਾਲ ਅਸੀਂ ਡਟ ਕੇ ਖੜਾਂਗੇ, ਪਰਚਿਆਂ ਨੂੰ ਰੱਦ ਕਰਾਉਣ ਦੇ ਲਈ ਅਸੀਂ ਵੱਡਾ ਸੰਘਰਸ਼ ਕਰਾਂਗੇ। ਕਿਸਾਨਾਂ ਨੇ ਇਹ ਗੱਲ ਆਖੀ ਹੈ ਕਿ ਜੇਕਰ ਪੁਲਿਸ ਉਹਨਾਂ ਨੂੰ ਫੜਨ ਉਹਨਾਂ ਦੀ ਗਲੀ ਮੁਹੱਲੇ ਵਿੱਚ ਆਉਂਦੀ ਹੈ ਤਾਂ ਵੱਡੀ ਅਣਹੋਣੀ ਵਾਪਰ ਸਕਦੀ ਹੈ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਪਿਛਲੇ ਦਿਨੀ ਮਲੋਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ SP ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਿਸਾਨ ਆਗੂਆਂ ਉੱਤੇ ਪਰਚੇ ਦਰਜ ਕਰਨ ਦੇ ਸੰਦਰਭ ਦੇ ਵਿੱਚ ਫੱਕਰਸਰ ਥੇੜੀ ਦੇ ਵਿੱਚ ਕਿਸਾਨਾਂ ਵੱਲੋਂ ਵੱਡਾ ਇਕੱਠ ਕਰਕੇ ਜਿੱਥੇ ਪਰਚੇ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਹੈ, ਉੱਥੇ ਉਹਨਾਂ ਨੇ ਗੱਲ ਕਹੀ ਹੈ ਕਿ ਜੇਕਰ ਕਿਸਾਨ ਆਗੂਆਂ ਉੱਤੇ ਦਰਜ ਹੋਏ ਪਰਚੇ ਰੱਦ ਨਾ ਕੀਤੇ ਗਏ ਤਾਂ ਅਸੀਂ ਵੱਡਾ ਸੰਘਰਸ਼ ਵਿੱਢਾਂਗੇ। ਜੇਕਰ ਪੁਲਿਸ ਉਹਨਾਂ ਨੂੰ ਉਹਨਾਂ ਦੀ ਗਲੀਆਂ ਮੁਹੱਲਿਆਂ ਦੇ ਵਿੱਚ ਫੜਨ ਆਉਂਦੀ ਹੈ ਤਾਂ ਕਿਸੇ ਵੇਲੇ ਵੀ ਕੋਈ ਵੱਡਾ ਪਾਣਾ ਵਾਪਰ ਸਕਦਾ, ਜਿਸ ਦਾ ਜ਼ਿੰਮੇਵਾਰ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਹੋਵੇਗਾ। ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹਨਾਂ ਦਾ ਅਸੀਂ ਪੂਰਨ ਤੌਰ ਦੇ ਸਾਥ ਦੇਵਾਂਗੇ, ਅਤੇ ਉਹਨਾਂ ਨੇ ਕਿਹਾ ਕਿ ਇਹ ਲੜਾਈ ਹੁਣ ਸਾਡੇ ਵਜੂਦ ਦੀ ਲੜਾਈ ਬਣ ਚੁੱਕੀ ਹੈ, ਅਤੇ ਜੇਕਰ ਬੀਜੇਪੀ ਦੇ ਦਬਾਅ ਦੇ ਤਹਿਤ ਪੰਜਾਬ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਨਾਲ ਵਧੀਕੀ ਕੀਤੀ ਗਈ ਤਾਂ ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਆਉਂਦੇ ਸਮੇਂ ਦੇ ਵਿੱਚ ਇਹੋ ਜਿਹੀ ਖਬਰ ਨਾ ਆਵੇ ਮਾਰਕੁੱਟ ਦੀ, ਇਹਦੇ ਬਾਬਤ ਅਸੀਂ ਕਾਮਨਾ ਕਰਦੇ ਹਾਂ। ਪਰ ਇੱਕ ਬੇਨਤੀ ਵੀ ਕਰਦੇ ਹਾਂ ਕਿ ਭਾਵੇਂ ਉਹ ਹਰਜੀਤ ਸਿੰਘ ਗਰੇਵਾਲ ਆ, ਅਤੇ ਭਾਵੇਂ ਉਹ ਸੁਰਜੀਤ ਕੁਮਾਰ ਜੈਣੀ ਆ, ਅਤੇ ਭਾਵੇਂ ਬੀਜੇਪੀ ਦਾ ਕੋਈ ਵੀ ਹੋਰ ਨੇਤਾ, ਅਤੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਹੋਰ ਨੇਤਾ,
ਬਿਆਨ ਸੁਣੋ ਤਾਂ ਉਹਦੇ ਵਿੱਚੋਂ ਕੀ ਨਿਕਲਦਾ ਕਿ ਕਿਸਾਨ ਆ ਜਿਹੜੇ ਇਹ ਤਾਂ ਅੱਤਵਾਦੀ ਹਨ, ਕਿਸਾਨ ਤਾਂ ਖਾਲਿਸਤਾਨੀ ਹਨ, ਕਿਸਾਨ ਤਾਂ ਫੰਡੀਆਂ ਨਾਲ ਚੱਲਦੇ ਹਨ, ਕਿਸਾਨਾਂ ਨੂੰ ਤਾਂ ਇਸ ਵਕਤ ਏਜੰਸੀਆਂ ਦੇ ਵੱਲੋਂ ਬਾਹਰਲੀਆਂ ਦੇ ਵੱਲੋਂ ਬਿਠਾਇਆ ਹੋਇਆ, ਕਿਸਾਨ ਤਾਂ ਗਲਤ ਲੋਕਾਂ ਦੇ ਟੇਟੇ ਚੜ੍ਹੇ ਹੋਏ ਹਨ, ਕਿਸਾਨ ਤਾਂ ਅੜੀਅਲ ਹਨ, ਕਿਸਾਨ ਤਾਂ ਫਲਾਣੇ ਹਨ, ਕਿਸਾਨ ਤਾਂ ਢੀਂਗੜੇ ਹਨ, ਇਹ ਤਾਂ ਅੰਦੋਲਨ ਜੀਵੀ ਹਨ, ਇਹ ਤਾਂ ਪਰਜੀਵੀ ਹਨ। ਇੱਦਾਂ ਦੀਆਂ ਗੱਲਾਂ ਕਰਨ ਦੇ ਨਾਲ ਕਿਸਾਨਾਂ ਦੇ ਮਨ ਦੇ ਉੱਤੇ ਕੀ ਬੀਤਣੀ ਹੋਊਗੀ, ਜ਼ਰਾ ਇਹ ਵੀ ਸੋਚਣਾ ਚਾਹੀਦਾ। ਔਰ ਉਹਨੂੰ ਨਾਰੰਗ ਦੇ ਉੱਤੇ ਹਮਲਾ ਹੋਣਾ ਮੰਦਭਾਗਾ, ਜਿਹੜੇ ਲੋਕਾਂ ਨੇ ਇਹ ਕੁਛ ਕੀਤਾ ਉਹਨਾਂ ਦੇ ਬਾਬਤ ਕਾਨੂੰਨ ਕਿਹੋ ਜਿਹੀ ਕਾਰਵਾਈ ਕਰਦਾ ਇਹਦੇ ਬਾਬਤ ਹੁਣੇ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਗੱਲ ਇਹ ਹੈ ਵੀ ਜਦੋਂ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ ਬੈਠੇ ਲੋਕਾਂ ਦੇ ਉੱਤੇ ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਕਿਸਾਨਾਂ ਦੇ ਉੱਤੇ ਆ ਕੇ ਕੁਝ ਗੁੰਡੇ ਰੋੜੇ ਮਾਰਦੇ ਸੀ, ਪਥਰਾਅ ਕਰਦੇ ਸੀਗੇ, ਉਦੋਂ ਕੋਈ ਨੇਤਾ ਨਹੀਂ ਬੋਲਿਆ ਕਿਸੇ ਵੀ ਪਾਰਟੀ ਦਾ ਹੋਵੇ, ਉਦੋਂ ਸਾਰੇ ਦੇ ਸਾਰੇ ਚੁੱਪ ਵੱਟੀ ਬੈਠੇ ਰਹੇ। ਉਹਨਾਂ ਦੇ ਵੱਲੋਂ ਬਿਲਕੁਲ ਨਹੀਂ ਕਿਹਾ ਗਿਆ ਕਿ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਦੋਂ ਸਿਆਲਾਂ ਦੇ ਮੌਸਮ ਦੇ ਵਿੱਚ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਵੱਜਦੀਆਂ ਸੀ, ਉਦੋਂ ਕੋਈ ਨਹੀਂ ਬੋਲਿਆ ਕਿ ਭਾਈ ਇਹ ਵੀ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਗੱਲ ਹੈ। ਜਦੋਂ ਮਾਣਯੋਗ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਭਾਈ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਪ੍ਰਦਰਸ਼ਨ ਕਰ ਸਕਦਾ, ਆਪਾਂ ਕਿਹੜੀ ਗੱਲੋਂ ਅੱਤਿਆਚਾਰ ਕਰਦੇ ਹਾਂ ਕਿ ਉਦੋਂ ਆਪਾਂ ਸਰਕਾਰੀ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਨਹੀਂ ਸੀ ਕਰਦੇ? ਜਦੋਂ ਕਿਸਾਨਾਂ ਨੂੰ ਰੋਕਣ ਦੇ ਲਈ ਹਾਈਵੇ ਨੂੰ ਪੁੱਟ ਦਿੰਦੇ ਸੀ, 6-6, 7-7 ਫੁੱਟ ਡੂੰਘੇ ਟੋਏ ਪੱਟ ਦਿੱਤੇ, ਇਹਦੇ ਬਾਬਤ ਵੀ ਵਿਚਾਰ ਹੋਣਾ ਚਾਹੀਦਾ। ਜਦੋਂ ਦਿੱਲੀ ਦੀ ਪੁਲਿਸ ਦੇ ਵੱਲੋਂ ਜਾਂ ਹਰਿਆਣੇ ਦੀ ਪੁਲਿਸ ਦੇ ਵੱਲੋਂ ਨਜਾਇਜ਼ ਕਿਸਾਨਾਂ ਨੂੰ ਕੁੱਟਿਆ ਗਿਆ, ਪੰਜਾਬੀ ਕਿਸਾਨਾਂ ਨੂੰ ਵੀ ਕੁੱਟਿਆ ਗਿਆ, ਬਾਕੀਆਂ ਨੂੰ ਵੀ, ਉਦੋਂ ਆਪਾਂ ਮੰਨ ਨਹੀਂ ਸਕਦੇ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਗੱਲ ਹੈ। ਜੋ ਹੋਇਆ ਜੇਕਰ ਇਹ ਗਲਤ ਆ ਅਤੇ ਜਿਹੜਾ ਪਹਿਲਾਂ ਕੁਝ ਹੁੰਦਾ ਰਿਹਾ ਉਹ ਵੀ ਗਲਤ ਆ, ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਹੁਣ ਇਸ ਦੇ ਬਾਵਜੂਦ ਕੀ ਬਿਆਨ ਦਿੱਤੇ ਜਾ ਰਹੇ ਆ ਇਹ ਵੀ ਸੁਣ ਲਓ, ਕਿਉਂਕਿ ਨਰਿੰਦਰ ਸਿੰਘ ਤੋਮਰ ਦਾ ਇੱਕ ਬਿਆਨ ਆਇਆ ਖੇਤੀਬਾੜੀ ਮੰਤਰੀ ਸਾਹਿਬ ਦਾ। ਉਹ ਕਹਿੰਦੇ ਵੀ ਜਿਸ ਦਿਨ ਵੀ ਕਿਸਾਨ ਚਾਹੁਣਗੇ ਉਸੇ ਦਿਨ ਮਸਲੇ ਦਾ ਹੱਲ ਨਿਕਲ ਜਾਣਾ। ਉਹ ਕਹਿੰਦੇ ਵੀ ਕਿਸਾਨਾਂ ਨੂੰ ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ, ਗੱਲਬਾਤ ਲਈ ਤਿਆਰ ਹੋਣਾ ਚਾਹੀਦਾ, ਅਸੀਂ ਪੇਸ਼ਕਸ਼ ਕੀਤੀ ਹੋਈ ਆ ਇਹਨੂੰ ਮੰਨ ਲੈਣਾ ਚਾਹੀਦਾ। ਮਤਲਬ ਇਹ ਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਹਾਲੇ ਵੀ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਖੇਤੀਬਾੜੀ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਜੋ ਅਸੀਂ ਕਾਨੂੰਨ ਬਣਾਏ ਆ ਇਹ ਬਿਲਕੁਲ ਦਰੁਸਤ ਆ, ਆਮਦਨ ਇਹ ਦੁੱਗਣੀ ਕਰਨ ਵਾਲੇ ਆ, ਇਹ ਤਾਂ ਜੀ ਗਲਤ ਤਰੀਕੇ ਦੇ ਨਾਲ ਕਿਸਾਨਾਂ ਦੇ ਵਿੱਚ ਪ੍ਰਚਾਰ ਕਰ ਦਿੱਤਾ ਗਿਆ, ਇਹ ਕਾਨੂੰਨ ਬਹੁਤ ਪਹਿਲਾਂ ਲਾਗੂ ਹੋ ਜਾਣੇ ਚਾਹੀਦੇ ਸੀ, ਅਤੇ ਜੇਕਰ ਹੁਣ ਵੀ ਨਾ ਲਾਗੂ ਹੋਏ ਤਾਂ ਫਿਰ 2022 ਤੱਕ ਕਿਸਾਨੀ ਦੀ ਆਮਦਨ ਵਧਣੀ ਨਹੀਂ, ਦੁੱਗਣੀ ਨਹੀਂ ਹੋਣੀ, ਹਾਲੇ ਵੀ ਆਹ ਗੱਲਾਂ ਕੀਤੀਆਂ ਜਾ ਰਹੀਆਂ। ਵਾਰ ਵਾਰ ਤੋਮਰ ਸਾਹਿਬ ਕਹਿੰਦੇ ਜੀ ਕਿਸਾਨਾਂ ਨੂੰ ਗੱਲਬਾਤ ਦੇ ਲਈ ਅੱਗੇ ਆਉਣਾ ਚਾਹੀਦਾ। ਕਿਸਾਨ ਗੱਲਬਾਤ ਦੇ ਲਈ ਕਿੱਥੇ ਅੱਗੇ ਆਉਣ, ਜਗ੍ਹਾ ਤਾਂ ਦੱਸੋ, ਕਿਸਾਨ ਕਿਹੜੀ ਤਰੀਕ ਨੂੰ ਤੁਹਾਨੂੰ ਮਿਲਣ ਇਹ ਤਾਂ ਦੱਸੋ। ਬੀਜੇਪੀ ਦੇ ਕਿਸੇ ਨੇਤਾ ਦੇ ਵੱਲੋਂ ਤਰੀਕ ਤਾਂ ਲੈ ਕੇ ਦਿੱਤੀ ਨਹੀਂ ਜਾ ਰਹੀ, ਪਰ ਹਰ ਰੋਜ਼ ਕੋਈ ਨਾ ਕੋਈ ਗੱਲ ਕਹਿ ਕੇ ਮੁੱਦੇ ਨੂੰ ਪਖਾ ਦਿੱਤਾ ਜਾਂਦਾ। ਹੁਣ ਤੁਸੀਂ ਗੱਲ ਕਰ ਲਓ ਮਨ ਕੀ ਬਾਤ ਦੀ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਲੰਘੇ ਕੱਲ ਇਹ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਆਧੁਨਿਕ ਤਰੀਕੇ ਦੇ ਨਾਲ ਖੇਤੀ ਕਰਨੀ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਮਦਨ ਦੁੱਗਣੀ ਕਰਨ ਦੇ ਲਈ ਪਹਿਲਾਂ ਯਤਨ ਹੋਣੇ ਚਾਹੀਦੇ ਸੀ, ਪਰ ਅਸੀਂ ਪਹਿਲਾਂ ਹੀ ਬਹੁਤ ਲੇਟ ਆ, ਇਸ ਕਰਕੇ ਹੁਣ ਤਾਂ ਯਤਨ ਹੋਣਗੇ ਹੀ ਹੋਣਗੇ। ਉਹਨਾਂ ਦੀ ਨਜ਼ਰ ਦੇ ਵਿੱਚ ਸ਼ਾਇਦ ਇਹੀ ਹੈ ਵੀ ਕਿਸਾਨ ਆਧੁਨਿਕ ਨਹੀਂ, ਕਿਸਾਨ ਆਧੁਨਿਕ ਕਰਨ ਦੇ ਨਾਲ ਨਹੀਂ ਜੁੜਿਆ ਹੋਇਆ, ਅਤੇ ਇਹ ਆਧੁਨਿਕੀਕਰਨ ਤਾਂ ਹੀ ਹੋ ਸਕਦਾ ਜੇਕਰ ਅਡਾਨੀਆਂ ਅਤੇ ਅੰਬਾਨੀਆਂ ਦੇ ਵੱਲੋਂ ਜਾ ਕੇ ਕਿਸਾਨਾਂ ਦੇ ਪਲਾਟਾਂ ਦੇ ਉੱਤੇ, ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ। ਮਤਲਬ ਇਹ ਹੈ ਵੀ ਮਾਮਲਾ ਉੱਥੇ ਦਾ ਉੱਥੇ ਖੜ੍ਹਾ। ਇੱਕ ਪਾਸੇ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਕਿਸਾਨ ਗੱਲਬਾਤ ਲਈ ਅੱਗੇ ਆਉਣ, ਉਹ ਹਰ ਰੋਜ਼ ਇਹ ਗੱਲ ਕਹਿੰਦੇ ਵੀ ਆਓ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਹੋ, ਤੁਸੀਂ ਸਮਾਂ ਦਿਓ। ਪ੍ਰਧਾਨ ਮੰਤਰੀ ਸਾਹਿਬ ਫੋਨ ਕਰਕੇ ਰਾਜ਼ੀ ਨਹੀਂ, ਕੋਈ ਮੰਤਰੀ ਗੱਲਬਾਤ ਕਰਕੇ ਰਾਜ਼ੀ ਨਹੀਂ, ਅਤੇ ਕਸੂਰਵਾਰ ਹਾਲੇ ਵੀ ਕਿਸਾਨ ਹੈਗੇ ਆ। ਕਿਸਾਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਕੱਠ ਕੀਤੇ ਜਾ ਰਹੇ ਆ, ਜਿਸ ਤਰੀਕੇ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਲੰਘੇ ਕੱਲ ਵੱਖ ਵੱਖ ਬਾਰਡਰਾਂ ਦੇ ਉੱਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਫੂਕੀਆਂ ਗਈਆਂ, ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਟਰੈਕਟਰ ਵਾੜਨ ਦੀਆਂ ਜੁਗਤਾਂ ਬਣਾਈਆਂ ਜਾ ਰਹੀਆਂ, ਉਹਦੇ ਨਾਲ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀ ਮੁਸ਼ਕਲ ਦੇ ਵਿੱਚ ਹੋਰ ਵਾਧਾ ਹੋਣਾ ਕੁਦਰਤੀ ਹੈ। ਇਹ ਵਾਧਾ ਕਦੋਂ ਹੁੰਦਾ, ਕਿੰਨਾ ਕੁ ਹੁੰਦਾ, ਕਿਹੜੀ ਤਰੀਕ ਤੋਂ ਸ਼ੁਰੂ ਹੁੰਦਾ, ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਇਸ ਵਕਤ ਮੌਕੇ ਨੂੰ ਵਿਚਾਰਨਾ ਅਤੇ ਸੰਭਾਲਣਾ ਚਾਹੀਦਾ। ਸੂਝਵਾਨ ਸਰਕਾਰਾਂ ਜਿਹੜੀਆਂ ਬੇਸ਼ੱਕ ਕਿਸੇ ਵੀ ਦੇਸ਼ ਦੀਆਂ ਕਿਉਂ ਨਾ ਹੋਣ, ਉਹਨਾਂ ਦੇ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਾਨੂੰਨ ਲਿਆਉਂਦੇ ਜਾਂਦੇ ਆ, ਲੋਕਾਂ ਦੇ ਮੁੱਦਿਆਂ ਨੂੰ ਚੁੱਕਿਆ ਜਾਂਦਾ, ਪਰ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਪਹਿਲਾਂ ਕਾਨੂੰਨ ਲਿਆਉਂਦੇ ਜਾਂਦੇ, ਜੇਕਰ ਕੋਈ ਵਿਰੋਧ ਕਰੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਇਹ ਖਾਲਿਸਤਾਨੀਆਂ ਦੇ ਲੋਕ ਆ। ਇਹ ਤਾਂ ਜੀ ਗਲਤ ਅਨਸਰ ਆ। ਹੁਣ ਵੀ ਬੀਜੇਪੀ ਦੇ ਦੋ ਤਿੰਨ ਨੇਤਾਵਾਂ ਦੇ ਬਿਆਨ ਆਏ ਲੰਘੇ ਕੱਲ, ਖਾਸ ਕਰਕੇ ਸ਼ਿਵ ਸੈਨਾ ਨੇ ਕੁਝ ਕੁ ਨੇਤਾਵਾਂ ਨੇ ਗੱਲ ਕਹੀ ਹੈ ਕਿ ਜੀ ਇਹ ਬਾਹਰੋਂ ਪੈਸੇ ਆਉਂਦੇ ਆ, ਖਾਈ ਪੀ ਜਾਂਦੇ ਉੱਥੇ ਬੈਠੇ, ਇਹਨਾਂ ਨੂੰ ਕੀ ਫਰਕ ਪੈਂਦਾ, ਆਪ ਰੋਟੀ ਖਾਂਦੇ ਲੋਕਾਂ ਨੂੰ ਵੀ ਖਵਾਈ ਜਾਂਦੇ ਆ। ਜਦੋਂ ਆਪਾਂ ਇਦਾਂ ਦੀ ਸ਼ਬਦਾਵਲੀ ਵਰਤਦੇ ਹਾਂ, ਉਸ ਤੋਂ ਬਾਅਦ ਮਾਹੌਲ ਭੜਕਦਾ, ਅਤੇ ਭੜਕੇ ਹੋਏ ਮਾਹੌਲ ਦੇ ਵਿੱਚ ਕਈ ਕੁਝ ਗਲਤ ਵੀ ਵਾਪਰ ਜਾਂਦਾ। ਇਸ ਕਰਕੇ ਗਲਤ ਕਿਤੇ ਨਹੀਂ ਹੋਣਾ ਚਾਹੀਦਾ, ਅਤੇ ਮਾਹੌਲ ਭੜਕਾਉਣਾ ਕਿਸੇ ਨੂੰ ਵੀ ਨਹੀਂ ਚਾਹੀਦਾ। ਇੱਕ ਜਾਣਕਾਰੀ ਹੋਰ ਦੇਣੀ ਬਣਦੀ ਹੈ ਕਿ ਇਸ ਵਕਤ ਦੁਨੀਆ ਭਰ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿਸਾਨ ਅੰਦੋਲਨ ਦੀ। ਦੁਨੀਆ ਭਰ ਦੇ ਵਿੱਚੋਂ ਹਮਦਰਦੀ ਵੀ ਮਿਲ ਰਹੀ ਹੈ, ਅਤੇ ਲੋਕ ਆਪਣੀ ਵਿੱਤੀ ਪਹੁੰਚ ਦੇ ਮੁਤਾਬਕ ਘੱਟ ਜਾਂ
ਉਹਨਾਂ ਨੂੰ ਪਤਾ ਜੀ ਕਿ ਜਿਹੜੇ ਦੇਸ਼ ਦੇ ਵਿੱਚ ਅਸੀਂ ਗਏ ਹਾਂ ਇੱਥੇ ਸਿਸਟਮ ਕਿਹੋ ਜਿਹਾ, ਉਹ ਚਾਹੁੰਦੇ ਆ ਕਿ ਅਸੀਂ ਆਪਣੇ ਭਾਰਤ ਦਾ, ਅਸੀਂ ਆਪਣੇ ਪੰਜਾਬ ਦੇ ਵਿੱਚ ਸਿਸਟਮ ਵੀ ਸਹੀ ਕਰੀਏ। ਅਤੇ ਜੇਕਰ ਇਸ ਵਕਤ ਭੀੜ ਪਈ ਆ, ਉਹ ਆਪਣੇ ਦਸਵੰਧ ਦੇ ਵਿੱਚੋਂ, ਆਪਣੀ ਕਿਰਤ ਕਮਾਈ ਦੇ ਵਿੱਚੋਂ ਇੱਥੇ ਆਪਦੇ ਰਹਿਣ ਵਾਲਿਆਂ ਨੂੰ ਸੰਘਰਸ਼ ਕਰਨ ਦੇ ਲਈ ਮਦਦ ਭੇਜਦੇ ਆ, ਕਿਸੇ ਨੂੰ ਕੀ ਸਮੱਸਿਆ? ਅਸੀਂ ਕਿਸੇ ਤੋਂ ਮੰਗ ਤਾਂ ਨਹੀਂ ਰਹੇ, ਸਾਡੇ ਧੀਆਂ ਪੁੱਤੀ ਸਾਨੂੰ ਭੇਜ ਰਹੇ ਆ ਨਾ, ਅਤੇ ਇਹਦੇ ਵਿੱਚ ਵਿਦੇਸ਼ੀ ਫੰਡਿੰਗ ਵਾਲੀ ਕਿਹੜੀ ਆ, ਇਹਦੇ ਵਿੱਚ ਗੱਲ ਏਜੰਸੀਆਂ ਵਾਲੀ ਕਿਹੜੀ ਆ? ਗੱਲ ਉਹਨਾਂ ਦੀ ਆਪਣੀ ਥਾਂ ਦੇ ਉੱਤੇ ਸਹੀ ਆ, ਪੰਜਾਬ ਦੇ ਵਿੱਚ ਮਹਾਂਪੰਚਾਇਤਾਂ ਸਿਖਰ ਦੇ ਉੱਤੇ ਆ, ਅਨੰਦਪੁਰ ਸਾਹਿਬ ਦੇ ਵਿੱਚ ਵੀ ਹੋ ਹਟੀ ਆ, ਲੁਧਿਆਣੇ ਦੇ ਵਿੱਚ ਵੀ ਹੋ ਹਟੀ ਆ, ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਹੋ ਹਟੀਆਂ, ਅਤੇ ਲੱਗਦਾ ਇਹ ਆ ਕਿ ਜਿਸ ਤਰੀਕੇ ਨਾਲ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ, ਆਉਂਦੇ ਦਿਨਾਂ ਦੇ ਵਿੱਚ ਕੋਈ ਸ਼ਾਇਦ ਸਾਰਥਕ ਨਤੀਜਾ ਸਾਹਮਣੇ ਆਵੇ। ਹਰਿਆਣੇ ਦੇ ਵਿੱਚ ਹੋਣੀਆਂ ਸੀ ਪੰਚਾਇਤੀ ਚੋਣਾਂ, ਪਰ ਉਹਨਾਂ ਪੰਚਾਇਤੀ ਚੋਣਾਂ ਨੂੰ ਟਾਲ ਦਿੱਤਾ ਗਿਆ। ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਪੰਚਾਇਤੀ ਚੋਣਾਂ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਉੱਥੇ ਵਾਰਡ ਬੰਦੀ ਦਾ ਕੰਮ ਜਾਰੀ ਹੈ। ਵੈਸੇ ਜੋ ਨਿਯਮਾਂ ਦੇ ਮੁਤਾਬਕ ਹੈ, ਇਹ ਪਿਛਲੇ ਮਹੀਨੇ ਟਰਮ ਜਦੋਂ ਸਮਾਪਤ ਹੋ ਗਈ ਉਦੋਂ ਇਹ ਪੰਚਾਇਤੀ ਚੋਣਾਂ ਹੋਣੀਆਂ ਸੀ, ਪਰ ਇਹ ਪੰਚਾਇਤੀ ਚੋਣਾਂ ਅਣਮਿੱਥੇ ਸਮੇਂ ਦੇ ਲਈ ਅੱਗੇ ਪਾ ਦਿੱਤੀਆਂ ਗਈਆਂ। ਹੋ ਸਕਦਾ 2 ਮਹੀਨੇ ਨਾ ਹੋਣ, ਹੋ ਸਕਦਾ 6 ਮਹੀਨੇ ਨਾ ਹੋਣ, ਹੋ ਸਕਦਾ 1 ਮਹੀਨਾ ਨਾ ਹੋਣ, ਹੋ ਸਕਦਾ 20 ਦਿਨ ਨਾ ਹੋਣ, ਪਰ ਤਰੀਕ ਹਾਲੇ ਤੱਕ ਐਲਾਨੀ ਨਹੀਂ ਗਈ। ਇਹਦੇ ਪਿੱਛੇ ਭਾਵੇਂ ਵਾਰਡ ਬੰਦੀ ਕਹੋ, ਭਾਵੇਂ ਕੋਈ ਬੰਦੀ ਕਹੋ, ਭਾਵੇਂ ਕੋਈ ਨਾ ਕਹੋ, ਪਰ ਅਸਲ ਕਾਰਨ ਇਹੀ ਹੈ ਵੀ ਪੰਜਾਬ ਅਤੇ ਹਰਿਆਣੇ ਦੇ ਵਿੱਚ BJP ਦੇ ਆਗੂਆਂ ਦਾ ਵਿਰੋਧ ਇੰਨਾ ਜ਼ਿਆਦਾ। ਤੁਸੀਂ ਮਾੜਾ ਜਿਹਾ ਚੇਤੇ ਕਰੋ ਵੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੁਣੇ ਹੁਣੇ ਹੋਈਆਂ ਪੰਜਾਬ ਦੇ ਵਿੱਚ, BJP ਦਾ ਕੋਈ ਵੀ ਨੇਤਾ ਪੰਜਾਬ ਦੇ ਵਿੱਚ ਕਿਤੇ ਮੀਟਿੰਗ ਨਹੀਂ ਕਰ ਸਕਿਆ, ਆਪਦੇ ਘਰ ਦੇ ਵਿੱਚੋਂ ਕਿਤੇ ਜਾ ਕੇ ਜਨਤਾ ਨੂੰ ਸੰਬੋਧਨ ਨਹੀਂ ਕਰ ਸਕਿਆ, ਅਤੇ ਉਹਦੇ ਕਰਕੇ ਜਿਸ ਤਰੀਕੇ ਦੇ ਪੰਜਾਬ ਦੇ ਵਿੱਚ BJP ਦੇ ਪ੍ਰਤੀ ਨਤੀਜੇ ਆਏ ਆਪਾਂ ਜਾਣਦੇ ਹੀ ਹਾਂ। ਕਈ ਥਾਵਾਂ 'ਤੇ BJP ਦਾ ਖਾਤਾ ਵੀ ਨਹੀਂ ਖੁੱਲ੍ਹਿਆ ਕਈ ਸ਼ਹਿਰਾਂ ਦੇ ਵਿੱਚ। ਸੋ ਇਸ ਵਕਤ ਡਰ ਹੈਗਾ ਹਰਿਆਣੇ ਦੀ ਸਰਕਾਰ ਨੂੰ ਵੀ ਕਿਤੇ ਪੰਜਾਬ ਵਾਲਾ ਕੰਮ ਇੱਥੋਂ ਦੀਆਂ ਪੰਚਾਇਤੀ ਚੋਣਾਂ 'ਚ ਨਾ ਹੋ ਜੇ। 15 ਅਪ੍ਰੈਲ ਤੋਂ 4 ਪੜਾਵਾਂ ਦੇ ਵਿੱਚ UP ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ, ਨਤੀਜੇ ਉਹਦੇ ਵੀ 2 ਮਈ ਨੂੰ ਆਉਣਗੇ, ਜਿਹੜੇ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਆ, ਜੋ ਤਰੀਕ ਮਿੱਥੀ ਗਈ। ਸੋ BJP ਨੂੰ ਇਸ ਵਕਤ UP ਦੇ ਵਿੱਚ ਵੀ ਚੁਣੌਤੀ ਹੈ ਕਿਉਂਕਿ ਉੱਥੋਂ ਦੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆ, ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ BJP ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ, ਅਤੇ ਇਹੀ ਵਿਰੋਧ ਹਰਿਆਣੇ ਦੇ ਵਿੱਚ ਵੀ ਹੈ। ਅਭੈ ਚੌਟਾਲਾ, ਜਿਨ੍ਹਾਂ ਨੇ ਪਿੱਛੇ ਜਾਏ ਵਿਧਾਇਕੀ ਤੋਂ ਅਸਤੀਫਾ ਦਿੱਤਾ, ਜਿਹੜੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਏ ਆ, ਉਹਨਾਂ ਨੇ ਤਾਂ ਇਹ ਗੱਲ ਵੀ ਕਹਿ ਦਿੱਤੀ ਆ, ਹਾਲਾਂਕਿ ਮੈਂ ਚਾਹੁੰਦਾ ਨਹੀਂ ਕਿ ਇਸ ਗੱਲ ਨੂੰ ਇਸੇ ਰੂਪ ਦੇ ਵਿੱਚ ਸਾਂਝੀ ਕਰਾਂ, ਮੈਂ ਥੋੜ੍ਹਾ ਜਿਹਾ ਉਹਦੇ 'ਚ ਰੂਪ ਦੇ ਵਿੱਚ ਫਰਕ ਪਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਜੀ ਕਿ ਜੇਕਰ BJP ਦਾ ਕੋਈ ਵੀ ਨੇਤਾ ਇੱਥੇ ਆਵੇ, ਉਹਨੂੰ ਬੰਨ ਲਓ ਅਤੇ ਉਹਨੂੰ ਬੰਨ ਕੇ ਅਤੇ ਉਹਨੂੰ ਨੰਗਾ ਕਰੋ। ਇੱਦਾਂ ਦੀਆਂ ਗੱਲਾਂ ਅਸੀਂ ਚਾਹੁੰਦੇ ਨਹੀਂ ਕਿ ਲੋਕਾਂ ਨੂੰ ਉਕਸਾਇਆ ਜਾਵੇ, ਕਿਉਂਕਿ ਜਦੋਂ ਕਿਸੇ 'ਤੇ ਪਰਚਾ ਦਰਜ ਹੁੰਦਾ, ਉਸ ਵਕਤ ਉਹਨਾਂ ਦੇ ਪਿੰਡ ਦੇ ਉੱਤੇ, ਉਹਨਾਂ ਦੇ ਪਰਿਵਾਰ ਦੇ ਉੱਤੇ, ਉਹਨਾਂ ਦੀ ਆਰਥਿਕਤਾ ਦੇ ਉੱਤੇ ਕਿਹੋ ਜਿਹੀ ਸੱਟ ਵੱਜਦੀ ਹੈ, ਇਹ ਆਪਾਂ ਜਾਣਦੇ। ਬਾਅਦ ਦੇ ਵਿੱਚ ਨੇਤਾ ਤਮਾਸ਼ਾ ਦੇਖਣ ਲੱਗ ਪੈਂਦੇ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਨੇਤਾ ਕਿਉਂ ਨਾ ਹੋਵੇ, ਕਿਉਂਕਿ ਉਹਨਾਂ ਨੇ ਤਾਂ ਇੱਕ ਵਾਰੀ ਗੱਲ ਕਰਨੀ ਆ, ਉਹਨਾਂ ਨੇ ਦੇਖਣਾ ਕਿ ਸਾਡੀ ਪਾਰਟੀ ਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ ਕਿ ਨਹੀਂ ਜਾਂਦੀ, ਬਾਅਦ ਦੇ ਵਿੱਚ ਤੁਸੀਂ ਜਾਣੋ, ਤੁਹਾਡਾ ਮਸਲਾ ਜਾਣੇ। ਇਸ ਕਰਕੇ ਹਿੰਸਕ ਤਾਂ ਨਹੀਂ ਹੋਣਾ ਚਾਹੀਦਾ, ਪਰ ਇਸ ਗੱਲ ਤੋਂ ਡਰਦਿਆਂ ਹੀ ਹਰਿਆਣੇ ਦੇ ਵਿੱਚ ਪੰਚਾਇਤੀ ਚੋਣਾਂ ਅੱਗੇ ਪਾਈਆਂ ਗਈਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਅੱਗੇ ਪਾ ਦਿੱਤਾ ਗਿਆ। ਹਰਿਆਣੇ ਦੇ ਮੁੱਖ ਮੰਤਰੀ ਅਤੇ ਬਾਕੀ ਮੰਤਰੀਆਂ ਦਾ ਇਹ ਕਹਿਣਾ ਕਿ ਹਰਿਆਣੇ ਦੇ ਵਿੱਚ ਕਿਉਂਕਿ ਵਾਰਡਬੰਦੀ ਦਾ ਕੰਮ ਚੱਲ ਰਿਹਾ, ਇਸ ਕਰਕੇ ਇਹ ਪੰਚਾਇਤੀ ਚੋਣਾਂ ਅੱਗੇ ਪਾਈਆਂ ਗਈਆਂ ਨੇ, ਪਰ ਉੱਥੋਂ ਦੇ ਵੋਟਰ ਅਤੇ ਉੱਥੋਂ ਦੇ ਆਲੋਚਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਖਾਸ ਕਰਕੇ ਵਿਰੋਧੀ ਪਾਰਟੀਆਂ ਦੇ ਵੱਲੋਂ, ਕਿ ਹਰਿਆਣੇ ਵਿੱਚ BJP ਅਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂਆਂ ਨੂੰ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਕਰਕੇ ਚਾਹੁੰਦੇ ਹੋਏ ਵੀ BJP ਇਸ ਵਕਤ ਕੋਈ ਚੋਣ ਕਰਵਾਉਣ ਤੋਂ ਅਸਮਰੱਥ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਤੋਂ ਹਰਿਆਣੇ ਦੇ ਵਿੱਚ BJP ਦੇ ਹੱਕ ਦੇ ਵਿੱਚ 55 ਵੋਟਾਂ ਪਈਆਂ ਨੇ ਅਤੇ ਬੇਭਰੋਸਗੀ ਦਾ ਪ੍ਰਸਤਾਵ ਰੱਦ ਹੋਇਆ, ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ BJP ਅਤੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਕਿਸੇ ਵੀ ਪਿੰਡ ਦੇ ਵਿੱਚ ਇਹਨਾਂ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਨਾ ਵੜਨ ਦਿੱਤਾ ਜਾਵੇ, ਅਤੇ ਜੇਕਰ ਕਿਸੇ ਪਿੰਡ ਦੇ ਵਿੱਚ ਕਿਸੇ ਨੇ ਵੀ ਇਹਨਾਂ ਨੂੰ ਸੱਦਿਆ ਤਾਂ ਹੋਣ ਵਾਲੇ ਨੁਕਸਾਨ ਦੇ BJP ਦੇ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂ ਖੁਦ ਜ਼ਿੰਮੇਵਾਰ ਹੋਣਗੇ। ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਪੰਚਾਇਤੀ ਚੋਣਾਂ ਦੇ ਉੱਤੇ ਹਾਲ ਦੀ ਘੜੀ ਕਾਟਾ ਫੇਰਿਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਾਹਿਬ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਇਹ ਕਿਸਾਨ ਅੰਦੋਲਨ ਆ ਇਹ ਸਿਰਫ ਪੰਜਾਬ ਦਾ, ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਕਾਂਗਰਸ ਦੇ ਵੱਲੋਂ ਕਿਸਾਨ ਉਕਸਾਏ ਗਏ ਆ, ਸਾਡੇ ਸੂਬੇ ਦੇ ਵਿੱਚ ਯਾਨੀ ਕਿ ਹਰਿਆਣੇ ਦੇ ਵਿੱਚ ਤਾਂ ਕੁਝ ਇੱਕ ਕਿਸਾਨ ਹੀ ਹੋਣਗੇ ਜਿਹੜੇ ਕਿ ਖੇਤੀ ਕਾਨੂੰਨਾਂ ਦੀ ਖਿਲਾਫਤ ਕਰਦੇ ਆ, ਪਰ ਬਾਕੀ ਤਾਂ ਪੰਜਾਬ ਦਾ ਹੀ ਮਸਲਾ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਚੱਕੇ ਹੋਏ ਆ ਇਹ ਕਿਸਾਨ। ਪਰ ਹੁਣ ਜਦੋਂ ਉਹਨਾਂ ਨੂੰ ਆਪ ਹੈਲੀਕਾਪਟਰ ਲਾਉਣ ਦੇ ਵਿੱਚ ਸਮੱਸਿਆ ਆਉਂਦੀ ਹੈ ਧਰਤੀ ਦੇ ਉੱਤੇ, ਜਦੋਂ ਦੁਸ਼ਯੰਤ ਚੌਟਾਲਾ ਦੇ ਪ੍ਰੋਗਰਾਮ ਰੱਦ ਹੁੰਦੇ ਆ, ਜਦੋਂ ਗੋਪਾਲ ਕਾਂਡਾ ਦੇ ਸਮਾਗਮ ਰੱਦ ਕਰਨੇ ਪੈਂਦੇ ਆ, ਜਦੋਂ ਬਾਕੀ ਜਨ ਨਾਇਕ ਜਨਤਾ ਪਾਰਟੀ ਅਤੇ ਭਾਜਪਾ ਦੇ ਆਗੂਆਂ ਨੂੰ
ਹਰ ਪਾਸੇ ਘੇਰਾ ਪੈਂਦਾ। ਉਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੁੱਦਾ ਤਾਂ ਸਾਡੇ ਸੂਬੇ ਦਾ ਪੰਜਾਬ ਤੋਂ ਵੀ ਵੱਡਾ ਬਣਦਾ ਜਾ ਰਿਹਾ ਅਤੇ ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਦੇ ਵੱਲੋਂ, ਹਰਿਆਣੇ ਦੇ ਕਿਸਾਨਾਂ ਦੇ ਵੱਲੋਂ, ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਕੰਮ ਕਰਦੇ ਕਿਸਾਨਾਂ ਦੇ ਵੱਲੋਂ ਜੋ ਉੱਥੇ ਵਿਰੋਧਤਾ ਕੀਤੀ ਜਾ ਰਹੀ ਆ, ਉਹਦੇ ਮੂਹਰੇ ਸਾਰੇ ਹੀ ਬੀਜੇਪੀ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਆਗੂ ਆ ਜਿਹੜੇ ਉਹ ਝੁਕੇ ਵੀ ਹੋਏ ਆ ਅਤੇ ਉਹ ਡਰੇ ਵੀ ਹੋਏ ਆ। ਤੁਸੀਂ ਪੁਰਾਣੀਆਂ ਖਬਰਾਂ ਦੇ ਵੱਲ ਝਾਤ ਮਾਰ ਕੇ ਦੇਖੋ ਉੱਥੇ ਕਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਗਿਆ ਅਤੇ ਉਸ ਵਿਰੋਧ ਤੋਂ ਬਾਅਦ ਕਿਹੋ ਜਿਹਾ ਡਰ ਪੈਦਾ ਹੋਇਆ। ਸੋ ਇਹ ਪੰਚਾਇਤੀ ਚੋਣਾਂ ਜੇਕਰ ਅੱਜ ਹੋ ਜਾਂਦੀਆਂ ਉੱਥੇ ਤਾਂ ਬੀਜੇਪੀ ਨੂੰ ਅਤੇ ਜਨ ਨਾਇਕ ਜਨਤਾ ਪਾਰਟੀ ਨੂੰ ਅਹਿਸਾਸ ਹੈ ਇਸ ਗੱਲ ਦਾ ਕਿ ਸਾਨੂੰ ਬਹੁਤ ਵੱਡਾ ਝਟਕਾ ਲੱਗਣਾ, ਇਸ ਝਟਕੇ ਦੇ ਵਿੱਚੋਂ ਉੱਭਰਨਾ ਸਾਡੇ ਲਈ ਕਿਤੇ ਸੌਖਾ ਕੰਮ ਨਹੀਂ ਹੋਣਾ। ਇਸ ਕਰਕੇ ਇਹ ਚੋਣਾਂ ਤਾਂ ਕਰਕੇ ਮੁਲਤਵੀ ਕੀਤੀਆਂ ਗਈਆਂ ਅਣਮਿੱਥੇ ਸਮੇਂ ਦੇ ਲਈ, ਨਹੀਂ ਤਾਂ ਹੋਰ ਕੋਈ ਕਾਰਨ ਨਹੀਂ ਹੈ। ਹੁਣ ਯੂਪੀ ਦੀ ਗੱਲ ਕਰ ਲਓ, ਯੂਪੀ ਦੇ ਵਿੱਚ 15 ਤਰੀਕ ਤੋਂ ਜਿਹੜੀਆਂ ਇਹ ਵੋਟਾਂ ਪੈਣੀਆਂ ਉਹਦੇ ਲਈ ਬੀਜੇਪੀ ਨੂੰ ਫਿਕਰ ਪਿਆ ਹੋਇਆ ਵੀ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਕਿਵੇਂ ਆ। ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਸੰਜੀਵ ਬਾਲੀਆਨ ਜਿਹੜੇ ਕਿ ਕੇਂਦਰੀ ਮੰਤਰੀ ਆ, ਉਹ ਗਏ ਸੀ ਪਿੱਛੇ ਜੇ ਆਪਣੇ ਬਾਕੀ ਮੰਤਰੀ ਸਾਹਿਬਾਨ ਦੇ ਨਾਲ ਯੂਪੀ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਕਿ ਜਾਟਾਂ ਨੂੰ ਅਸੀਂ ਆਪਣੇ ਹੱਕ ਦੇ ਵਿੱਚ ਕਰ ਲਈਏ। ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਹਿੰਸਕ ਵਰਤਾਰਾ ਹੋਇਆ ਸੀ। ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਕਿ ਤਾਂ ਫਲਾਣੀ ਪਾਰਟੀ ਦੇ ਵੱਲੋਂ ਹਮਲਾ ਕੀਤਾ ਗਿਆ, ਫਲਾਣੀ ਦੇ ਵੱਲੋਂ ਕੀਤਾ ਗਿਆ, ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਸ ਵਕਤ ਮਾਹੌਲ ਬਹੁਤ ਤੱਤਾ ਹੋਇਆ ਪਿਆ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਕਿਸਾਨਾਂ ਦੀ ਮੰਗ ਕੋਈ ਮੰਨ ਕੇ ਰਾਜ਼ੀ ਨਹੀਂ। ਇੰਨਾ ਕੁਝ ਹੋਣ ਦੇ ਬਾਵਜੂਦ ਇਹ ਗੱਲ ਕਹੀ ਜਾ ਰਹੀ ਹੈ ਕਿ ਕੁਝ ਇੱਕ ਕਿਸਾਨ ਹਨ ਜੋ ਕਿ ਗਲਤ ਲੋਕਾਂ ਦੇ ਹੱਥੇ ਚੜੇ ਹੋਏ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਆਪਣੀ ਬਣਾਵਾਂਗੇ। ਇੰਨਾ ਕੁਝ ਹੋਣ ਦੇ ਬਾਵਜੂਦ ਇਹ ਗੱਲ ਕਹੀ ਜਾ ਰਹੀ ਹੈ ਕਿ ਇੱਕ ਨਾ ਇੱਕ ਦਿਨ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਖੇਤੀ ਕਾਨੂੰਨਾਂ ਦਾ, ਇਹ ਵੀ ਧੰਨਵਾਦ ਕਰਨਗੇ ਕਿ ਦੇਖੋ ਕਮਾਲ ਦੇ ਕਾਨੂੰਨ ਤੁਸੀਂ ਲੈ ਕੇ ਆਏ ਹੋ। ਮੈਨੂੰ ਇੱਕ ਗੱਲ ਦੇ ਉੱਤੇ ਹਾਸਾ ਆਉਂਦਾ, ਨੀਤੀ ਆਯੋਗ ਦੇ ਮੈਂਬਰ ਦੇ ਵੱਲੋਂ ਲੰਘੇ ਕੱਲ ਇਹ ਗੱਲ ਕਹੀ ਗਈ ਹੈ ਕਿ ਜੇਕਰ ਖੇਤੀ ਕਾਨੂੰਨ ਛੇਤੀ ਲਾਗੂ ਨਾ ਕੀਤੇ ਗਏ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ, ਫਿਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਣੀ। ਪੱਤਰਕਾਰ ਨੇ ਸਵਾਲ ਕੀਤਾ ਜੀ ਕਿ ਜੇਕਰ ਲਾਗੂ ਹੋ ਜਾਂਦੇ ਆ, ਕਿਸਾਨ ਆਪਣਾ ਸੰਘਰਸ਼ ਮੁਕਾ ਦਿੰਦੇ ਆ, ਕਹਿ ਦਿੰਦੇ ਵੀ ਚਲੋ ਠੀਕ ਆ ਕਰ ਲਓ ਜੋ ਕਰਨਾ, ਕੀ ਫਿਰ 2022 ਤੱਕ ਗਰੰਟਡ ਆ ਕਿ ਕਿਸਾਨ ਦੀ ਆਮਦਨ ਦੁੱਗਣੀ ਹੋ ਜੂ? ਉਹ ਕਹਿੰਦੇ ਜੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਸਾਨੂੰ ਆਸ ਆ ਵੀ ਸ਼ਾਇਦ ਹੋ ਸਕਦੀ ਹੈ। ਮਤਲਬ ਕੋਸ਼ਿਸ਼ ਅਤੇ ਸ਼ਾਇਦ ਦੇ ਵਿੱਚ ਹਾਲੇ ਵੀ ਉਹ ਉਲਝੇ ਹੋਏ ਆ, ਜਾਂ ਤਾਂ ਗਰੰਟੀ ਲਿਖ ਕੇ ਦੇਣ ਕਿ ਆਮਦਨ 2 ਗੁਣਾ ਹੋ ਜਾਣੀ ਹੈ ਜੀ। ਪਰ ਜੇਕਰ ਨਹੀਂ ਗਰੰਟੀ, ਨਾ MSP ਦੀ ਗਰੰਟੀ, ਨਾ ਆਮਦਨ ਵਧਣ ਦੀ ਗਰੰਟੀ, ਅਤੇ ਗਰੰਟੀ ਇਸ ਗੱਲ ਦੀ ਲੈਂਦੇ ਆ ਜੀ ਕਿ ਅਸੀਂ ਕਾਨੂੰਨਾਂ ਦਾ ਮਾਮਲੇ ਦੇ ਉੱਤੇ ਕਿਸਾਨ ਮਨਾ ਲੈਣੇ ਆ ਅਤੇ ਉਹ ਸਾਡੀ ਗੱਲ ਮੰਨ ਲੈਣ ਅਤੇ ਮਾਮਲਾ ਫਿਰ ਖਤਮ ਹੋ ਜੂਗਾ, ਪਰ ਕਿਸਾਨ ਕਹਿੰਦੇ ਜੀ ਕਿ ਸਾਡੇ ਹੌਸਲੇ ਬੁਲੰਦ ਆ। ਅਤੇ ਲੰਘੇ ਕੱਲ ਟਕੈਤ ਹੋਰਾਂ ਦਾ ਇੱਕ ਬਿਆਨ ਆਇਆ, ਉਹ ਕਹਿੰਦੇ ਵੀ ਕੇਂਦਰ ਦੀ ਸਰਕਾਰ ਨਾਲ ਸਾਡੇ ਸਿੰਘ ਫਸ ਗਏ ਆ। ਇਹ ਨਹੀਂ ਪਤਾ ਵੀ ਇਹ ਅੰਦੋਲਨ ਕਿੰਨਾ ਚਿਰ ਤੱਕ ਚੱਲਣਾ, ਪਰ ਸਾਡੀ ਤਿਆਰੀ ਦਸੰਬਰ ਮਹੀਨੇ ਤੱਕ ਕੀਤੀ ਹੋਈ ਹੈ। ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੇ ਸੰਦਰਭ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਗਈ ਹੈ, ਬਹੁਤ ਹੀ ਵੱਡੀ ਗਿਣਤੀ ਦੇ ਵਿੱਚ, ਪਰ ਜੇਕਰ ਪਿਛਲੇ ਸਾਲਾਂ ਦੇ ਮੁਕਾਬਲਤਨ ਦੇਖੀਏ ਤਾਂ ਕਾਫੀ ਘੱਟ ਗਿਣਤੀ ਕਹੀ ਜਾ ਸਕਦੀ ਹੈ, ਪਰ ਫਿਰ ਵੀ ਹਾਲਾਤ ਦੇ ਮੱਦੇਨਜ਼ਰ ਗਿਣਤੀ ਵੱਡੀ ਮੰਨੀ ਜਾ ਰਹੀ ਹੈ। ਉਹਦਾ ਕਾਰਨ ਇਹ ਹੈ ਵੀ ਸਭ ਦੀ ਆਪੋ ਆਪਣੀ ਸ਼ਰਧਾ ਅਤੇ ਸ਼ਰਧਾ ਦੇ ਉੱਤੇ ਕੋਈ ਟਿੱਪਣੀ ਨਹੀਂ, ਕਿਉਂਕਿ ਆਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਦੇਖਣ ਦਾ ਚਾਅ ਸਭ ਨੂੰ ਹੁੰਦਾ, ਹਰ ਕੋਈ ਖਾਲਸਾਈ ਰੰਗ ਦੇ ਵਿੱਚ ਰੰਗਿਆ ਜਾਂਦਾ। ਪਰ ਇਹ ਉਹ ਵੇਲਾ ਜਦੋਂ ਕੋਰੋਨਾ ਮਹਾਂਮਾਰੀ ਵੀ ਬਹੁਤ ਦੱਸੀ ਜਾ ਰਹੀ ਹੈ, ਪੰਜਾਬ ਦੇ ਵਿੱਚ ਅਤੇ ਮਹਾਰਾਸ਼ਟਰ ਦੇ ਵਿੱਚ ਕੋਰੋਨਾ ਦਾ ਸਿਖਰ ਹੋਇਆ ਪਿਆ, ਪਰ ਇੱਕ ਦੂਜੇ ਦੇ ਉੱਤੇ ਉਲਾਂਭੇ ਵੀ ਮੜੇ ਜਾ ਰਹੇ ਆ। ਜੇਕਰ ਅੱਜ ਕਿਸੇ ਕਾਂਗਰਸੀ ਨੂੰ ਕਹਿੰਦੇ ਹਾਂ ਵੀ ਭਾਈ ਤੁਸੀਂ ਇਕੱਠ ਨਾ ਕਰੋ, ਉਹ ਕਹਿ ਦਿੰਦੇ ਅਕਾਲੀ ਕਿਹੜਾ ਕਰਦੇ ਨਹੀਂ, ਅਕਾਲੀ ਨੂੰ ਕਹਿੰਦੇ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹੜਾ ਕੀਤਾ ਨਹੀਂ, ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਜੀ ਉਹ ਕਹਿੰਦੇ ਜੀ ਕਿ ਜੇਕਰ ਪੱਛਮੀ ਬੰਗਾਲ ਦੇ ਵਿੱਚ ਕੋਈ ਕੋਰੋਨਾ ਨਹੀਂ ਤਾਂ ਫਿਰ ਪੰਜਾਬ 'ਚ ਕਿਵੇਂ ਹੋ ਸਕਦਾ, ਜੇਕਰ ਉਹਨਾਂ ਨੂੰ ਇਹ ਗੱਲ ਕਹਿ ਦਿੰਦੇ ਆ ਉਹ ਕਹਿੰਦੇ ਜੀ ਕਿ ਇਸ ਵਕਤ ਕੁੰਭ ਦਾ ਮੇਲਾ ਸ਼ੁਰੂ ਹੋਇਆ ਅਤੇ ਉੱਥੇ ਕਿਹੜਾ ਕੋਈ ਸਮੱਸਿਆ ਹੈ ਨਹੀਂ, ਉੱਥੇ ਵੀ ਇਕੱਠ ਹੋ ਰਿਹਾ, ਉਹਨਾਂ ਨੂੰ ਕਹਿ ਦਿੰਦੇ ਆ ਉਹ ਕਹਿੰਦੇ ਜੀ ਇਹ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਇੰਨਾ ਵੱਡਾ ਇਕੱਠ ਹੋਇਆ ਉਦੋਂ ਕੋਰੋਨਾ ਨਹੀਂ ਤਾਂ ਸਾਡੇ ਵੇਲੇ ਕਿਉਂ ਆ, ਇੱਕ ਦੂਜੇ ਦੇ ਉੱਤੇ ਗੱਲ ਪਾਈ ਜਾ ਰਹੀ ਹੈ। ਪਰ ਜੇ ਕੋਰੋਨਾ ਹੈ ਤਾਂ ਸਭ ਦੇ ਲਈ ਬਰਾਬਰ ਦੇ ਨਿਯਮ ਹੋਣੇ ਚਾਹੀਦੇ ਆ, ਅਤੇ ਜੇਕਰ ਨਹੀਂ ਤਾਂ ਇਹ ਗੱਲਾਂ ਬਾਤਾਂ ਬੰਦ ਹੋਣੀਆਂ ਚਾਹੀਦੀਆਂ। ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਇੱਕ ਤਾਂ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਆਈ ਹੈ, ਸ਼ੁਕਰੀਆ, ਸਭ ਨੂੰ ਅਹਿਤਿਆਤ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇਕਰ ਨੌਜਵਾਨਾਂ ਨੇ ਪੰਜਾਬ ਦੇ ਜਾਂ ਕਿਤੋਂ ਦੇ ਵੀ ਨੌਜਵਾਨ ਆ, ਉਹਨਾਂ ਨੇ 26 ਜਨਵਰੀ ਦੇ ਮੌਕੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦਿੱਤਾ, ਜੇਕਰ ਉਹਨਾਂ ਨੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ, ਕੋਈ ਲੋੜਾ ਨਹੀਂ ਆ ਗਿਆ। ਉਹਨਾਂ ਨੇ ਕਿਹਾ ਜੀ ਕਿ ਇਹ ਕੋਈ ਏਡਾ ਕੋਈ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ, ਇਹ ਕੋਈ ਦੇਸ਼ ਧਰੋਹ ਵਾਲੀ ਗੱਲ, ਇਹ ਕੋਈ ਹੋਰ ਕਿਸੇ ਪ੍ਰਸੰਗ ਦੇ ਵਿੱਚ ਗੱਲ ਜੋੜੀ ਜਾਵੇ, ਇੱਦਾਂ ਦੀ ਨਹੀਂ। ਸੋ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਜੇਕਰ ਜੋਸ਼ ਦੇ ਵਿੱਚ ਆ ਕੇ ਜਾਂ ਜਨੂੰਨ ਦੇ ਵਿੱਚ ਜਾਂ ਵਹਿਣ ਦੇ ਵਿੱਚ ਬਹਿ ਕੇ ਇਹ ਕੁਛ ਹੋ ਗਿਆ ਤਾਂ ਇਹ ਕੋਈ ਇੱਡੀ ਮਾੜੀ ਗੱਲ ਨਹੀਂ ਕੀਤੀ ਗਈ ਜਿੱਡੀ ਕਿ ਬਣਾ ਕੇ ਰੱਖ ਦਿੱਤੀ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਤੀਜੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਅਤੇ ਮਹੱਲੇ ਦੀ
ਕਿਹਾ ਕਿ ਰਾਜਨੀਤੀ ਜਦੋਂ ਸਮਾਜ ਦੇ ਉੱਤੇ ਭਾਰੀ ਹੁੰਦੀ ਹੈ ਤਾਂ ਸਮਾਜ ਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਭਾਰਤ ਦੀ ਹਾਲਤ ਪਤਲੀ ਹੋਣ ਪਿੱਛੇ ਦੇਸ਼ ਦੇ ਉੱਤੇ ਰਾਜਨੀਤੀ ਭਾਰੀ ਹੋਣ ਦੀ ਗੱਲ ਕਹੀ ਹੈ। ਜਥੇਦਾਰ ਨੇ ਕਿਹਾ ਕਿ ਦੇਸ਼ ਦਾ ਦਿਵਾਲਾ ਨਿਕਲਿਆ ਹੋਇਆ, ਜਿਸ ਕਰਕੇ ਸਾਨੂੰ ਆਪਣਾ ਧਰਮ ਮਜ਼ਬੂਤ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜਬਰ ਦਾ ਮੁਕਾਬਲਾ ਧਰਮ ਦੇ ਸਹਿਜ ਨਾਲ ਕੀਤਾ ਜਾ ਸਕਦਾ ਹੈ, ਇਸ ਕਰਕੇ ਹਰ ਸਿੱਖ ਨੂੰ ਵਧੇਰੇ ਧਰਮੀ ਹੋਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇ ਅਸੀਂ ਬਚਣਾ ਹੈ ਤਾਂ ਸਾਨੂੰ ਗੁਰੂ ਦਾ ਬਣਨਾ ਚਾਹੀਦਾ, ਜੇ ਅਸੀਂ ਧਰਮ ਤੋਂ ਦੂਰ ਹੋ ਗਏ ਤਾਂ ਸਾਡੀ ਹੋਂਦ ਖਤਰੇ ਦੇ ਵਿੱਚ ਹੈ। ਉਹਨਾਂ ਨੇ ਲਾਲ ਕਿਲੇ ਦੇ ਉੱਤੇ ਨੌਜਵਾਨਾਂ ਵੱਲੋਂ ਲਹਿਰਾਏ ਗਏ ਕੇਸਰੀ ਝੰਡੇ ਬਾਰੇ ਕਿਹਾ ਕਿ ਕਿਸਾਨ ਅੰਦੋਲਨ ਚੱਲਿਆ ਅਤੇ ਨੌਜਵਾਨ ਜਜ਼ਬਾਤੀ ਹੋ ਗਏ। ਉਹ ਲਾਲ ਕਿਲੇ 'ਤੇ ਚਲੇ ਗਏ ਅਤੇ ਉਹਨਾਂ ਨੇ ਉੱਥੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਨਾਲ ਨੌਜਵਾਨਾਂ ਨੇ ਕੋਈ ਪਾਪ ਨਹੀਂ ਕੀਤਾ, ਸਰਕਾਰ ਵੱਲੋਂ ਝੂਠੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਅੰਦਰ ਸੁੱਟ ਦਿੱਤਾ ਗਿਆ। ਇਸ ਮੌਕੇ ਗਿਆਨੀ ਰਣਵੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਵੱਲੋਂ ਸਾਡੀ ਕੌਮ ਅਤੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਕਰਕੇ ਸਾਡੇ ਕੁਝ ਗੁਰਦੁਆਰੇ ਵੀ ਖਤਰੇ ਦੇ ਵਿੱਚ ਨੇ, ਹੋਂਦ ਖਤਰੇ ਦੇ ਵਿੱਚ ਹੈ। ਉਹਨਾਂ ਕਿਹਾ ਕਿ ਸਰਕਾਰ ਖਾਲਸਾ ਪੰਥ ਦੇ ਸਬਰ ਨੂੰ ਹੋਰ ਨਾ ਪਰਖੇ, ਸਗੋਂ ਇਹ ਚੇਤੇ ਰੱਖਿਆ ਜਾਵੇ ਕਿ ਪੰਜਾਬ ਅਤੇ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ, ਸੁਰੱਖਿਆ ਅਤੇ ਹੋਰ ਕੰਮਾਂ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਵਿੱਚ ਆਮ ਨਾਲੋਂ ਬੇਸ਼ੱਕ ਘੱਟ ਰੌਣਕਾਂ, ਪਰ ਪਹਿਲਾਂ ਇਹ ਪ੍ਰਤੀਤ ਹੁੰਦਾ ਸੀ ਜਿਸ ਦਿਨ ਹੋਲਾ ਮਹੱਲਾ ਸ਼ੁਰੂ ਹੋਇਆ ਦੁਕਾਨਦਾਰਾਂ ਦਾ ਵੀ ਇਹ ਕਹਿਣਾ ਸੀ ਵੀ ਐਤਕੀ ਵੱਟ ਤਾਂ ਨਹੀਂ ਹੋਣੀ, ਸੰਗਤ ਘੱਟ ਆ ਰਹੀ ਹੈ। ਪਰ ਜਿਸ ਤਰੀਕੇ ਦੇ ਨਾਲ ਐਤਵਾਰ ਅਤੇ ਸੋਮਵਾਰ ਨੂੰ ਉੱਥੇ ਸੰਗਤ ਵਧੀ ਹੈ, ਉਸ ਤੋਂ ਬਾਅਦ ਦੁਕਾਨਦਾਰਾਂ ਦੇ ਹੌਸਲੇ ਥੋੜ੍ਹੇ ਜਿਹੇ ਬੁਲੰਦ ਵੀ ਹੋਏ ਆ। ਇਹ ਗੱਲ ਸੱਚੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਰਕੇ ਸਾਡੇ ਜ਼ਿਹਨ ਦੇ ਉੱਤੇ, ਸਾਡੀ ਸੋਚ ਦੇ ਉੱਤੇ ਅਸਰ ਹੋਇਆ। ਅਸਰ ਹੋਣਾ ਸੁਭਾਵਿਕ ਵੀ ਆ, ਅਸੀਂ ਮਨੁੱਖ ਹਾਂ, ਖਤਰਾ ਭਾਸਦੇ ਹਾਂ ਅਤੇ ਖਤਰੇ ਤੋਂ ਬਚਾਅ ਦੀ ਅਸੀਂ ਕੋਸ਼ਿਸ਼ ਵੀ ਕਰਦੇ ਹਾਂ। ਪਰ ਜਿਹੜੀ ਗੱਲ ਕਹੀ ਸੀਗੀ ਪ੍ਰਸ਼ਾਸਨ ਨੇ ਕਿ ਇੱਥੇ ਤੁਸੀਂ ਕੋਰੋਨਾ ਰਿਪੋਰਟ ਨੈਗੇਟਿਵ ਲੈ ਕੇ ਆਉਣੀ 72 ਘੰਟੇ ਪੁਰਾਣੀ, ਇੱਦਾਂ ਦੀ ਕੋਈ ਗੱਲ ਨਹੀਂ ਹੋਏਗੀ। ਕਾਰਨ ਇਹ ਆ ਵੀ ਉੱਥੇ ਲਗਭਗ 4000 ਪੁਲਿਸ ਕਰਮਚਾਰੀ ਲਾਇਆ ਹੋਇਆ ਅਤੇ ਜੇਕਰ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਗਈ ਹੋਈ ਹੈ ਤਾਂ ਉਹਨਾਂ ਨੂੰ 4000 ਪੁਲਿਸ ਮੁਲਾਜ਼ਮ ਕਿਵੇਂ ਕੰਟਰੋਲ ਕਰ ਸਕਦੇ, ਇਹ ਵੀ ਗੱਲ ਸੱਚੀ ਹੈ। ਕਿਉਂਕਿ ਕੋਰੋਨਾ ਦੇ ਮੱਦੇਨਜ਼ਰ ਗੱਲਾਂ ਤਾਂ ਬਹੁਤ ਕਹੀਆਂ ਜਾਂਦੀਆਂ ਪਰ ਉਹਦੇ ਲਈ ਪ੍ਰਬੰਧ ਪੁਖਤਾ ਨਹੀਂ ਕੀਤੇ ਜਾਂਦੇ, ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਬੇਭਰੋਸਗੀ ਵੀ ਹੈ। ਪਰ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਜਜ਼ਬਾਤੀ ਰੌਂ ਦੇ ਵਿੱਚ ਜੇਕਰ ਨੌਜਵਾਨਾਂ ਦੇ ਵੱਲੋਂ ਉੱਥੇ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦਿੱਤਾ ਗਿਆ, ਕਪੋਲ ਦੇ ਉੱਤੇ, ਖਾਲੀ ਦੇ ਉੱਤੇ ਉਹ ਵੀ, ਤਾਂ ਇਹਨੂੰ ਕੋਈ ਇੰਨਾ ਵੱਡਾ ਪੜੁੱਲ ਬਣਾ ਕੇ ਪੇਸ਼ ਨਹੀਂ ਸੀ ਕਰਨਾ ਚਾਹੀਦਾ ਜਿਵੇਂ ਕਿ ਬਣਾ ਕੇ ਰੱਖ ਦਿੱਤਾ ਗਿਆ। ਖਾਸ ਕਰਕੇ ਗੋਦੀ ਮੀਡੀਏ ਦੇ ਵੱਲੋਂ ਜੋ ਇੱਥੇ ਸਾਰਾ ਕੁਝ ਕੀਤਾ ਗਿਆ ਉਹਦੇ ਬਾਬਤ ਬਹੁਤ ਕੁਝ ਕਿਹਾ ਜਾ ਸਕਦਾ, ਪਰ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ। ਗੋਦੀ ਮੀਡੀਆ ਹਰ ਰੋਜ਼ ਇਹ ਗੱਲ ਕਹਿੰਦਾ ਵਿਧਾਇਕੋਂ ਕਾ ਕੁਟਾਪਾ ਹੋ ਰਿਹਾ ਹੈ, ਕਿਸਾਨ ਤੋਂ ਉਗਰ ਹੋ ਗਏ ਹੈ, ਕਿਸਾਨ ਤੋਂ ਐਸੇ ਹੋ ਗਏ ਹੈ। ਉੱਧਰ ਬੰਗਲਾਦੇਸ਼ ਦੇ ਵੱਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਾਂਦੇ ਆ, ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਤੋਂ ਬਾਅਦ ਉੱਥੇ ਦੰਗੇ ਵਾਪਰਦੇ ਆ, ਉੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਜਾਂਦੀ ਆ, ਉੱਥੇ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ, ਉਹਦੇ ਬਾਬਤ ਗੋਦੀ ਮੀਡੀਆ ਦੇ ਵੱਲੋਂ ਕੁਝ ਨਹੀਂ ਕਿਹਾ ਜਾਂਦਾ। ਜੇਕਰ ਆਪਾਂ ਨਿਰਪੱਖ ਹਾਂ, ਜੇਕਰ ਆਪਾਂ ਸੱਚੇ ਹਾਂ, ਸਾਨੂੰ ਸਾਰੇ ਪੱਖ ਸਹੀ ਦਿਖਾਉਣੇ ਚਾਹੀਦੇ ਆ। ਜੇਕਰ ਕਿਸਾਨ ਗਲਤ ਆ, ਕਿਸਾਨ ਦੀ ਗੱਲ ਕਰੋ, ਜੇਕਰ ਸਰਕਾਰ ਗਲਤ ਆ, ਸਰਕਾਰ ਦੀ ਗੱਲ ਕਰੋ, ਪਰ ਕਿਸੇ ਇੱਕ ਧਿਰ ਦੀ ਗੋਦੀ ਦੇ ਵਿੱਚ ਬੈਠ ਕੇ ਬਿਲਕੁਲ ਨਹੀਂ ਗੱਲ ਕਰਨੀ ਚਾਹੀਦੀ ਵੀ ਅਸੀਂ ਕਿਸਾਨ ਦੀ ਗੋਦੀ 'ਚ ਬਹਿ ਜਾਈਏ, ਕਿਸਾਨ ਦੀ ਗਲਤ ਗੱਲ ਨੂੰ ਵੀ ਸਹੀ ਕਹੀਏ ਅਤੇ ਸਰਕਾਰ ਦੀ ਸਹੀ ਨੂੰ ਗਲਤ ਕਹੀਏ। ਇਵੇਂ ਹੀ ਜੇਕਰ ਸਰਕਾਰ ਗਲਤ ਆ ਤਾਂ ਉਹਦੀ ਗੋਦੀ ਦੇ ਵਿੱਚ ਬਹਿ ਕੇ ਕਿਸਾਨ ਨੂੰ ਵੀ ਹਮੇਸ਼ਾ ਮਾੜਾ ਚੰਗਾ ਨਹੀਂ ਕਹਿਣਾ ਚਾਹੀਦਾ, ਕਦੇ ਨਾ ਕਦੇ ਸਾਨੂੰ ਨਿਰਪੱਖ ਵੀ ਹੋ ਲੈਣਾ ਚਾਹੀਦਾ, ਪਰ ਇੱਦਾਂ ਨਹੀਂ ਹੋਇਆ ਜਾ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਨਿੱਜੀ ਤੌਰ 'ਤੇ ਜਾਪਦਾ ਕਿ ਕਿਸਾਨ ਸੰਘਰਸ਼ ਦੇ ਵਿੱਚ ਕਈ ਨਵੇਂ ਮੋੜ ਆਉਣਗੇ। ਜਿਸ ਤਰੀਕੇ ਨਾਲ ਦੇਰੀ ਹੋ ਰਹੀ ਹੈ, ਇਸ ਦੇਰੀ ਤੋਂ ਬਾਅਦ ਕਿਸਾਨ ਤਪੇ ਵੀ ਹੋਏ ਆ, ਇਹ ਤਪੇ ਹੋਏ ਕਿਸਾਨ ਕਈ ਥਾਵਾਂ ਦੇ ਉੱਤੇ ਕਈ ਕੁਝ ਕਰਨ ਦੀਆਂ ਯੋਗਤਾ ਵੀ ਬਣਾ ਰਹੇ ਆ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਅਸੀਂ ਟਰੈਕਟਰਾਂ ਦੇ ਨਾਲ ਘੇਰਨਾ ਹੈਗਾ, ਸੋ ਵਕਤ ਦੱਸੂਗਾ ਆਉਂਦੇ ਸਮੇਂ 'ਚ ਕੀ ਬਣਦਾ। ਪਰ ਕੁਦਰਤ ਸਮੱਤ ਬਖਸ਼ੇ ਅਤੇ ਕੇਂਦਰ ਦੀ ਸਰਕਾਰ ਵੀ ਮੰਨੇ, ਖਾਸ ਕਰਕੇ ਇੱਕ ਮੀਟਿੰਗ ਦਾ ਸਮਾਂ ਤਾਂ ਤੈਅ ਹੋਵੇ, ਹੋ ਸਕਦਾ ਕੋਈ ਵਿਚਕਾਰਲੀ ਗੱਲ ਬਣ ਨਿਕਲੇ। ਅਤੇ ਜੇਕਰ ਮੀਟਿੰਗ ਦਾ ਸਮਾਂ ਨਹੀਂ ਤੈਅ ਕੀਤਾ ਜਾਂਦਾ ਸਰਕਾਰ ਦੇ ਵੱਲੋਂ, ਤਾਂ ਫਿਰ ਇਹ ਗੱਲ ਬਿਲਕੁਲ ਨਹੀਂ ਕਹਿਣੀ ਚਾਹੀਦੀ ਕਿ ਕਿਸਾਨ ਬਾਤਚੀਤ ਕਰਨ ਕੇ ਲਈ ਤਿਆਰ ਨਹੀਂ ਹੈ, ਕਿਸਾਨ ਤੋਂ ਜੀ ਅੜੀਅਲ ਹੈ, ਕਿਸਾਨ ਤੋਂ ਸਮਾਂ ਨਿਕਾਲਤੇ ਹੀ ਨਹੀਂ, ਜੇਕਰ ਆਪਾਂ ਸਮਾਂ ਕੱਢਾਂਗੇ ਉਹ ਬਹਿਣ ਨੂੰ ਤਿਆਰ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।